ਗੰਧਮ ਕੁਝ ਅਗੇਤਰੀਆਂ ਆਉਂਦੀਆਂ ਤੇ ਕੁਝ ਪਿਛੇਤਰੀਆਂ ਆਉਂਦੀਆਂ ਇਹ ਜਿਹੜੀ ਗੰਧਮ ਖਲੋਤੀ ਨਾ ਜੀ ਇਹ ਸਮਝੋ ਪਿਛੇਤਰੀ ਏ ਔਰ ਉਹ ਉੱਤੇ ਨਜ਼ਰ ਤੋ ਨਾ ਆ ਰਹੀ ਹੋਸੀ ਇਹ ਅਗੇਤਰੀ ਏ ਇਸ ਪਹਿਲੇ ਤਿਆਰ ਹੋਵਣਨ ਲੇਕਿਨ ਜਦੋਂ ਫਿਰ ਗੰਧਮ ਦੀ ਫਸਲ ਸ਼ੁਰੂ ਹੋਵੈਂਦੀ ਨੇ ਕਟਾਈ ਦੀ ਕਟਾਈ ਹੋਣੀ ਫਿਰ ਉਹ ਕਟਾਈ ਹੋਣ ਤੱਕ ਇਹ ਵੀ ਤਿਆਰ ਹੋ ਜਾਂਦੀ ਉਹ ਫਿਰ ਸਾਡੀ ਇੱਕ ਪੰਜਾਬੀ ਦੇ ਵਿੱਚ ਗੱਲ ਬਣੀ ਹੋਈ ਏ ਕਿ ਜੀ ਕੁਝ ਅਗੇਤਰੀਆਂ ਤੇ ਕੁਝ ਪਿਛੇਤਰੀਆਂ ਉਹ ਜਿਹੜੀ ਤੁਹਾਨੂੰ ਪਿੱਛੇ ਵਿਖਾਈ ਉਹ ਅਗੇਤਰੀ ਇਹ ਜਿਹੜੀ ਖਲੋਤੀ ਜੇ ਇਹ ਪਛੇਤਰੀ ਇਹ ਵੀ ਹੁਣ ਮਾਸ਼ਾਅੱਲਾ ਸਿੱਟਾ ਕੱਢ ਆਈ ਏ ਅਸਲਾਮੁਅਲੈਕੁਮ ਦੋਸਤੋ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 에 ਮੁਹੰਮਦ ਸਫਦਰ ਹਾਜ਼ਰ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀ ਇਨਸ਼ਾਅੱਲਾ ਕੋਈ ਅੱਛਾ ਜਿਹਾ ਮੈਸੇਜ ਤੁਹਾਡਾ ਨਾਲ ਸ਼ੇਅਰ ਕਰਨ ਵਾਸਤੇ ਆਇਆ ਮੇਰੀ ਹਰ ਵੀਡੀਓ ਦੇ ਵਿੱਚ ਵੀ ਕੋਈ ਨਾ ਕੋਈ ਮੈਸੇਜ ਹੁੰਦਾ ਹੈ ਅੰਜੇ ਮੂੰ ਚਾ ਕੇ ਕੋਈ ਨਹੀਂ ਆਵੰਦਾ ਔਰ ਇੱਕ ਛੋਟੀ ਜੀ ਗੁਜ਼ਾਰਿਸ਼ ਵੀ ਹੁੰਦੀ ਹੈ ਦੋਸਤਾਂਗੇ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਕਿ ਮੇਰੀ ਆਣ ਵਾਲੀ ਹਰ ਨਵੀਂ ਵੀਡੀਓ ਤੁਹਾਨੂੰ ਬਰ ਬਰ ਵਕਤ ਮਿਲਦੀ ਰਹੇ ਗੰਧਮ ਮਾਸ਼ਾਅੱਲਾ ਦੋਸਤੋ ਸਿੱਟੇ ਕੱਢਣਾ ਸ਼ੁਰੂ ਕਰ ਦਿੱਤੇ ਹਨ ਅਨਕਰੀਬ ਆਈ ਤੇ ਗੰਧਮ ਸਟਾਕ ਮਾਫੀਆ ਜਿਹੜਾ ਉਹਨਾਂ ਵਾਸਤੇ ਹੀ ਵਾਰਨਿੰਗ ਹੈ ਕਿ ਕੱਢ ਦਿਓ ਨਹੀਂ ਤਾਂ ਇਹ ਗੱਲ ਜਿਸਨੇ ਅੱਜ ਦੀ ਵੀਡੀਓ ਦੇ ਵਿੱਚ ਬਸ ਛੋਟਾ ਜਿਹਾ ਇੱਕ ਮੈਸੇਜ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਅੰਬਲ ਕਰੋ ਨਾ ਕਰੋ ਤੁਹਾਡੀ ਮਰਜ਼ੀ ਦੀ ਗੱਲ ਹੁੰਦੀ ਹੈ ਅੰਬਲ ਤੇ ਕੋਈ ਨਹੀਂ ਕਰਦਾ ਲੇਕਿਨ ਉਸ ਕੋਈ ਦਿਲ ਨੂੰ ਗੱਲ ਅੱਛੀ ਨਾ ਲੱਗੇ ਤੋ ਦਿਲ ਕਰਦਾ ਤੁਹਾਡੇ ਨਾਲ ਸ਼ੇਅਰ ਕਰਨ ਕੁਝ ਬੰਦੇ ਹੁੰਦੇ ਨੇ ਜਿਹੜੇ ਅੰਮਲ ਵੀ ਕਰ ਜਾਂਦੇ ਨੇ ਮੈਸੇਜ ਹੈ ਕੱਲ ਦੋਸਤੋ ਮੈਂ ਸ਼ਹਿਰੋਂ ਆ ਰਿਹਾ ਤੇ ਇੱਕ ਉਹ ਕੁੜੀ ਮੋਟਰਸਾਈਕਲ ਤੇ ਬੈਠੀ ਹੋਈ ਉਹਨੇ ਜਨਾਬ ਲਿਬਾਸ ਉਹਨੇ ਮਾਸ਼ਾਅੱਲਾ ਠੀਕ ਪਾਇਆ ਮੇਰੀਆਂ ਮਾਵਾਂ ਭੈਣਾਂ ਆਉਂਦੀਆਂ ਨੇ ਦੋਸਤੋ ਮੇਰੀ ਕੋਈ ਇਹ ਕੋਸ਼ਿਸ਼ ਨਹੀਂ ਹੁੰਦੀ ਕਿ ਮੈਂ ਉਹਨਾਂ ਨੂੰ ਬੰਡੀ ਰੱਖਾਂ ਜਾਂ ਗੰਦਿਆ ਕੀਤੀ ਰੱਖਾਂ ਜਾਂ ਬਿਜ਼ਤੀ ਕਰਾਂ ਮੇਰੇ ਘਰ ਵੀ ਬੱਚੀਆਂ ਵੀ ਆਏ ਨੇ ਮੇਰੀਆਂ ਮਾਵਾਂ ਭੈਣਾਂ ਵੀ ਆਏ ਨੇ ਲੇਕਿਨ ਕੋਈ ਚੀਜ਼ ਆਉਂਦੀਆਂ ਨੇ ਜਿਹੜੀਆਂ ਅੱਛੀਆਂ ਨਹੀਂ ਲੱਗਦੀਆਂ ਔਰ ਦਿਲ ਕਰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਔਰ ਖੁਦ ਵੀ ਕੋਸ਼ਿਸ਼ ਕਰਦਾ ਕਿ ਆਪਣੇ ਘਰ ਤੋਂ ਵੀ ਸ਼ੁਰੂ ਕਰਾਂ ਘਰ ਵੀ ਅਮਲ ਕਰਾਵਾਂ ਨੂੰ ਮੈਂ ਨਸੀਤੰਤ ਕਰਦਾ ਰਹਾ ਤੇ ਆਪਣੇ ਘਰ ਜਿਹੜਾ ਉਹ ਮੈਂ ਅਮਲ ਨਾ ਕਰਾਵਾਂ ਬੱਚੀ ਇੱਕ ਬੈਠੀ ਹੋਈ ਉਸਨੇ ਜਨਾਬ ਤੁਸੀਂ ਯਕੀਨ ਕਰੋ ਮੋਬਾਈਲ ਤੇ ਉਹ ਇਤਨਾ ਮਗਨ ਹੋਈ ਹੋਈ ਕਿ ਉਸ ਨੂੰ ਆਪਣੇ ਦੁਪट्टे ਦਾ ਨਹੀਂ ਹੋਸ਼ ਕਪੜਿਆਂ ਦਾ ਨਹੀਂ ਹੋਸ਼ ਇਹ ਅਕਸਰ ਅੱਗੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਫਿਰ ਨਵੇਂ-ਨਵੇਂ ਵਾਕੇ ਲੱਭ ਜਾਂਦੇ ਨੇ ਵੇਖਣ ਨੂੰ ਔਰ ਦਿਲ ਕਰਦਾ ਫਿਰ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਉਹ ਜਨਾਬ ਇਸ ਤਰ੍ਹਾਂ ਮਗਨ ਹੋਈ ਪਈ ਕਿ ਉਸ ਨੂੰ ਕੋਈ ਹੋਸ਼ ਨਹੀਂ ਕਿ ਮੇਰਾ ਯਾਰ ਦੁਪੱਟਾ ਸਿਰ ਤੇ ਨਹੀਂ ਹੈ ਜਾਂ ਮੇਰੇ ਕੁਝ ਜਿਸਮ ਦੇ ਪਾੜ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਮੋਬਾਈਲ 'ਚ ਮਸਤ ਬੈਠੀਏ ਕਰੋ ਬਾਹਰ ਨਿਕਲਿਆ ਕਰੋ ਮੋਬਾਈਲ ਠੀਕ ਹੈ ਤੁਸੀਂ ਯੂਜ਼ ਕਰੋ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਰਹਿੰਦੇ ਹੋ ਹਰ ਬੰਦਾ ਹੀ ਆ ਯੂਜ਼ ਕਰ ਰਿਹਾ ਹੈ ਲੇਕਿਨ ਥੋੜੀ ਲਿਮਟ ਜਰੇ ਕਿ ਵੇਖਿਆ ਕਰੋ ਕਿ ਅਸੀਂ ਬੈਠੇ ਕਿਸ ਤਰ੍ਹਾਂ ਇਹ ਸਾਡਾ ਬਹਿਣ ਦਾ ਤਰੀਕਾ ਕਾਰ ਕੀ ਹੈ ਕੋਈ ਸਾਡੀ ਬੱਚੀਆਂ ਬਿਲ ਖਸੂਸ ਸਾਡੇ ਜਿਸਮ ਦਾ ਕੋਈ 파ੜਦੇ ਨਹੀਂ ਨੰਗਾ ਹੋਇਆ ਅਸੀਂ ਫੇਸਬੁੱਕ ਤੇ ਜਾਂ ਟਵਿੱਟਰ ਤੇ ਜਾਂ ਕਿਸੇ ਚੀਜ਼ ਤੇ ਵੀ ਇਤਨੇ ਮਗਨ ਨਾ ਹੋ ਜਾਈਏ ਕਿ ਅਸੀਂ ਆਪਣੇ ਜਿਸਮ ਨੂੰ ਹੀ ਭੁੱਲ ਜਾਈਏ ਕਿ ਸਾਡਾ ਜਿਸਮ ਕਿਧਰ ਜਾ ਰਿਹਾ ਹੈ ਮੈਂ ਦਿੱਲੀ ਤੋਂ ਅਫਸੋਸ ਹੁੰਦਾ ਹੈ ਇਸ ਵਜ੍ਹਾ ਤੋਂ ਹੀ ਤੁਹਾਡੇ ਨਾਲ ਇਹ ਚੀਜ਼ਾਂ ਸ਼ੇਅਰ ਕਰਦਾ ਅਮਲ ਕਰੋ ਨਾ ਕਰੋ ਅੱਗੇ ਤੁਹਾਨੂੰ ਕਿਹਾ ਤੁਹਾਡੀ ਮਰਜ਼ੀ ਅਮਲ ਘਾਟ ਹੀ ਕਰਦੇ ਨੇ ਲੋਕ ਇੱਕ ਕੰਦਾ ਵੀ ਕਰ ਗਿਆ ਤੇ ਉਹ ਵੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਕਰੋ ਬਸ ਇਹ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਨਾ ਬਜ਼ੁਰਗ ਜਿਹੜੇ ਘਰ ਬੈਠੇ ਹੁੰਦੇ ਨੇ ਵੱਡੇ ਬੈਠੇ ਹੁੰਦੇ ਨੇ ਉਹਨਾਂ ਦਾ ਵੀ ਹੱਕ ਬਣਦਾ ਹੈ ਔਰ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੀ ਮਾਲੂਮਾਤ ਜਿਹੜੀ ਉਹ ਦਿੱਤੀ ਨਾਲ ਨਾ ਰੱਖੀ ਕਰਨ ਉਮੀਦ ਕਰਦਾ ਅੱਜ ਦੀ ਵੀਡੀਓ ਵੀ ਅੱਛੀ ਲੱਗੀ ਹੋਸੀ ਅਗਰ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਲਾਈਕ ਕਰਨਾ ਸਭ ਦਰਬਾਈ ਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼